ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਦੇ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਇਹਦੇ ਲਈ ਚੰਡੀਗੜ੍ਹ ਪੁਲਿਸ ਦੇ ਵਿੱਚ ਸਿੱਧੀ ਰਿਕਰੂਟਮੈਂਟ ਜਿਹੜੀ ਹੈ ਜੀ ਉਹ ਆਊਟ ਕਰ ਦਿੱਤੀ ਗਈ ਹੈ ਜੂਨ ਦਾ ਨੋਟੀਫਿਕੇਸ਼ਨ ਹੈ ਕਿੱਦਾਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਿਲਿਟੀ ਕੀ ਰਹੇਗੀ ਕਿੱਥੋਂ ਨੋਟੀਫਿਕੇਸ਼ਨ ਮਿਲੇਗਾ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੇ ਜਾਰ ਰਿਹਾ ਹੈ ਜੀ ਜੋ ਵੀ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਨੇ ਤੁਸੀਂ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਜਿਹਦੇ ਲਈ ਗੂਗਲ 'ਚ ਜਾ ਕੇ ਟਾਈਪ ਕਰੋਗੇ ਤੁਸੀਂ meetacademy.xyz ਔਰ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਉਹ ਤੋਂ ਤੁਸੀਂ ਸਾਰੇ ਜੋਬ ਅਲੀਟਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਜੀ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਇਹਦੇ ਲਈ ਅਪਲਾਈ ਕਿੱਦਾਂ ਕਰਨਾ ਹੈ ਜੀ ਅਪਲਾਈ ਕਰਨ ਦੇ ਲਈ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਇਨਵਾਈਟ ਕੀਤੀਆਂ ਗਈਆਂ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ chdigarhpolice.nic.in ਇਹਦੇ ਫੀਸ਼ੀਅਲ ਵੈਬਸਾਈਟ ਹੈ ਇਹਦੇ ਵਿੱਚ ਸਿਰਫ ਹਰ ਸਿਰਫ ਆਨਲਾਈਨ ਐਪਲੀਕੇਸ਼ਨਸ ਨੂੰ ਜਿਹੜੇ ਜੀ ਉਹ ਅਪਲਾਈ ਕਰਨ ਦੇ ਲਈ ਇਨਵਾਈਟ ਕੀਤਾ ਗਿਆ ਹੈ ਹੋਰ ਕਿਸੇ ਵੀ ਮੀਡੀਅਮ ਦੇ ਥਰੂ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੋ ਲਾਸਟ ਡੇਟ ਅਪਲਾਈ ਕਰਨ ਦੀ ਜੋ ਕਿ ਹੈਗੀ ਹੈ 27/6/2022 ਰਾਤ 12 ਵਜੇ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਸੋ ਇਹ ਹੁਣ ਅਸੀਂ ਗੱਲ ਕਰ ਲੈਣੇ ਕਿਹੜੀਆਂ ਪੋਸਟਾਂ ਜਿਹੜੀਆਂ ਨੇ ਇਹਦੇ ਵਿੱਚ ਆਊਟ ਕੀਤੀਆਂ ਨੋਟੀਫਿਕੇਸ਼ਨ ਦੇਖ ਸਕਦੇ ਹਾਂ ਜੀ ਆਫਿਸ ਆਫ ਡਾਇਰੈਕਟਰ ਜਨਰਲ ਆਫ ਪੁਲਿਸ ਯੂਟੀ ਚੰਡੀਗੜ੍ਹ ਇਸ ਦੇ ਵਿੱਚ ਨੇ ਸੈਕਟਰ 9 ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਉਹਨਾਂ ਨੇ ਨੋਟੀਫਿਕੇਸ਼ਨ ਜਿਹੜਾ ਜੀ ਜਾਰੀ ਕੀਤਾ ਹੋਇਆ ਹੈ ਇਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀਸ ਨੇ ਜੋ ਕਿ ਚੰਡੀਗੜ੍ਹ ਪੁਲਿਸ ਬੈਂਡ ਦੇ ਵਿੱਚ ਵੈਕੈਂਸੀਸ ਨੇ ਜੋ ਕਿ ਇਸ ਦੇ ਵਿੱਚ ਪਾਈਪ ਬੈਂਡ ਮੇਲ ਕੈਂਡੀਡੇਟ ਦੇ ਲਈ ਤੇ ਬ੍ਰਾਸ ਬੈਂਡ ਮੇਲ ਕੈਂਡੀਡੇਟ ਦੇ ਲਈ ਵੈਕੈਂਸੀਸ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਟੋਟਲ 39 ਵੈ ਨੇ 뮤జిशियन इंस्ट्रूमेंट वाइज ਵੀ ਜਿਹੜੇ ਆ ਜੀ ਉਹ ਆਊਟ ਕੀਤੇ ਹੋਏ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਇਹਨਾਂ ਨੇ ਬਾਈਫਰਕੇਟ ਕੀਤਾ ਇਹਨਾਂ ਵੈਕੈਂਸੀਸ ਨੂੰ ਤੇ ਠੀਕ ਹੈ ਜੀ ब्राਸ ਬੈਂਡ ਔਰ ਪਾਈਪ ਬੈਂਡ ਦੋਨਾਂ ਨੂੰ ਅਲੱਗ-ਅਲੱਗ ਬਾਈਫਰਕੇਟ ਕਰਕੇ ਉਹਨਾਂ ਨੇ ਇੱਥੇ ਦਿੱਤਾ ਹੋਇਆ ਹੈ ਜੀ ਇਸਦੇ ਵੀ ਤੁਹਾਡੀ ਸੈਲਰੀ ਸਟਾਰਟਿੰਗ ਸੈਲਰੀ ਜਿਹੜੀ ਰਹੇਗੀ 19900 ਜਿਹੜੀ ਹੈ ਜੀ ਐਂਟਰੀ ਲੈਵਲ पे ਤੁਹਾਡੀ ਜਿਹੜੀ ਹੈ ਜੀ ਇਸਦੇ ਵਿੱਚ ਰਹਿਣ ਵਾਲੀ ਹੈ ਟੋਟਲ 39 ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਔਰ ਇਸਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰੀਏ 18 ਤੋਂ ਲੈ ਕੇ 25 ਸਾਲ ਤੱਕ ਦੇ ਕੈਂਡੀਡੇਟ ਨੇ ਕੋਲ ਇਲੀਜੀਬਲ ਦਿੱਤੀ ਜਾਏਗੀ ਐਸੀ ਕੈਂਡੀਡੇਟ ਨੂੰ 30 ਸਾਲ ਤੱਕ ਦੀ ਉਸ ਤੋਂ ਬਾਅਦ 28 ਸਾਲ ਤੱਕ ਦੀ ਜਿਹੜੀ ਹੈ ਜੀ OBC ਕੈਂਡੀਡੇਟ ਨੂੰ ਦਿੱਤੀ ਜਾਏਗੀ ਏਜ ਰੈਲੈਕਸੇਸ਼ਨ ਮੈਕਸਿਮਮ 45 ਸਾਲ ਤੱਕ ਦੀ ਐਕਸ ਸਰਵਿਸਮੈਨ ਦੀ ਕੈਂਡੀਡੇਟ ਦੇ ਲਈ ਹੋਏਗੀ ਬਾਕੀ ਵੀ ਉਹਨਾਂ ਨੇ نیچے ਇਥੇ ਬਾਇਫ੍ਰੀਕੇਟ ਕਰਕੇ ਲਿਖਿਆ ਹੀ ਹੋਇਆ ਹੈ ਇਸ ਦੇ ਵਿੱਚ ਅਗਰ ਗੱਲ ਕਰੀਏ ਜਿਹੜੇ ਪਰਸਨ ਜਿਹੜੇ ਕਿ ਰਿਟਾਇਰਡ ਨੇ ਡਿਫੈਂਸ ਸਰਵਿਸਿਜ਼ ਤੋਂ ਔਰ ਵਰਕ ਕਰ ਰਹੇ ਨੇ ਐਜ਼ ਅ ਮੈਂਬਰ ਡਿਫੈਂਸ ਬੈਂਡ ਦੇ ਸਟਾਫ ਦੇ ਵਿੱਚ ਮਿਨਿਮਮ ਕੁਆਲਿਫਿਕੇਸ਼ਨ ਜਿਹੜੀ ਹੈ ਮਿਡਲ ਸਟੈਂਡਰਡ ਜਿਹੜੇ ਪਰਸਨ ਪਰਫਾਰਮ ਕਰ ਰਹੇ ਨੇ ਪੁਲਿਸ ਬੈਂਡ ਦੇ ਵਿੱਚ ਸ 0.7 ਇੰਚ ਹੋਣੀ ਚਾਹੀਦੀ ਹੈ ਜਿਸ ਚੈਸ ਜਿਹੜੀ ਹੈ 33 ਇੰਚ ਰਿਲੈਕਸੇਸ਼ਨ ਦੀ ਗੱਲ ਕਰਾਂ ਹਾਈਟ ਤੇ ਚੈਸ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਹੈ ਨੀਚੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਅਗਰ ਆਪਾਂ ਨਾਰਮਲ ਗੱਲ ਕਰਦੇ ਹਾਂ ਤੁਹਾਡੇ ਕੋਲ ਜਿਹੜੀ ਹੈ ਜੀ ਮੈਟ੍ਰਿਕ ਪਾਸ ਹੋਣੀ ਜ਼ਰੂਰੀ ਹੋਏਗੀ ਮੈਟ੍ਰਿਕ ਵਾਲੇ ਕੈਂਡੀਡੇਟ ਨੇ ਉਹ ਐਲੀਜੀਬਲ ਹੋਣਗੇ ਤੇ ਅਪਲਾਈ ਕਰ ਸਕਣਗੇ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਐਪਲੀਕੇਸ਼ਨ ਫੀ ਦੀ ਤੇ ਇਸ ਦੇ ਵਿੱਚ ਤੁਹਾਨੂੰ 500 ਰੁਪਏ ਅਨਰਿਜ਼ਰਵ ਕੈਟਾਗਰੀ ਅਦਰ ਬੈਕਵਰਡ ਕਲਾਸ ਕੈਂਡੀਡੇਟ ਨੂੰ 200 ਸ਼ਡਿਊਲ ਕਾਸਟ ਕੈਂ ਐਪਲੀਕੇਸ਼ਨ ਫੀ ਹੈ ਉਹ ਭਰ ਸਕਦੇ ਹਾਂ ਜੀ ਲਾਸਟ ਡੇਟ ਦੱਸਿਆ ਜੀ ਤੁਹਾਨੂੰ 27 ਤਰੀਕ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਸੋ ਇਸ ਦੇ ਵਿੱਚ ਤੁਸੀਂ ਜ਼ਰੂਰ ਅਪਲਾਈ ਕਰ ਲੈਣਾ ਜੀ ਸਾਰੇ ਕੈਂਡੀਡੇਟ ਦੇ ਲਈ ਐਲੀਜੀਬਲ ਹੋਣ ਵਾਲੇ ਨੇ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ-ਨਵੇਂ ਜਿਹੜੀ ਨੋਟੀਫਿਕੇਸ਼ਨ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਮਿਨਿਮਮ ਕੁਆਲਿਫਿਕੇਸ਼ਨ ਜਿਹੜੀ ਨਾਰਮਲ ਕੈਂਡੀਡੇਟ ਦੇ ਲਈ ਪਲੱਸ 2 ਜਿਹੜੀ ਹੈ ਜੀ ਉਹ ਰੱਖੀ ਗਈ ਹੈ ਜੀ ਸੋ ਜ਼ਰੂਰ ਅਪਲਾਈ ਕਰਨਾ ਇਸ ਪੋਸਟ ਦੇ ਲਈ ਲਿੰਕ ਡਿਸਕ੍ਰਿਪਸ਼ਨ ਚ ਤੁਹਾਨੂੰ ਮੈਂ ਦੇ ਦਿੱਤਾ ਹੈ ਇਸ ਨੋਟੀਫਿਕੇਸ਼ਨ ਦਾ ਡਾਊਨਲੋਡ ਜ਼ਰੂਰ ਕਰ ਲੈਣਾ ਜੀ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ